हेलो कौन है? मुबीन टोके वाला की चाहिए पट्ठे यार? पट्ठे तो अजे छोटे छोटे ने ते और 10-20 दिन लग जाने ने उन्होंने खाद खूद मारी है। चलो जिदन हो गए ना सही वड्डन जोगे ते तेनू मैं फोन कर देंगे फिर आ जाएगी। 1.5 किलो आवे जिन्हें कुछ चाहिए होंगे 10-20 उन्हें तेन दे देंगे। चलो सही है ठीक है। हाँ पता नहीं किन्ना दा मुंडा कमला जिहा आ के इत्थे करोनी गल आया सदाई है इत्थे आ के कट्टा डाई जांदा ਇਹਦਾ ਮਾਂ ਪਿਓ ਵੀ ਇਹਨੂੰ ਵੇਖਣ ਆਇਆ ਕਿੱਥੇ ਗਿਆ ਮੁੰਡਾ ਸਾਡਾ ਕਿੱਥੇ ਨਹੀਂ ਬਾਹਰ ਹੀ ਫਿਰਨ ਡਿਆ ਕਮਲਾ ਜਾਂ ਕਿਸੇ ਦੇ ਹੱਥੀ ਪਏਗਾ ਜਾਂ ਕਿਸੇ ਦਾ ਨੁਕਸਾਨ ਕਰੇਗਾ। ਇਵੇਂ ਦੇ ਕਮਲੇ ਜਿਹੇ ਨੂੰ ਘਰ ਬੰਨ ਕੇ ਰੱਖਣਾ ਚਾਹੀਦਾ। ਕਮਲਾ ਪਤਾ ਨਹੀਂ ਕਿੱਥੇ ਗਿਆ ਚਲਾ, ਅੱਜ ਲੱਭਦਾ ਨਹੀਂ ਪਿਆ, ਸਾਰੀ ਦਿਹਾੜੀ ਹੋ ਗਈ ਲੱਭਦਾ ਨਹੀਂ ਪਿਆ, ਹੁਣ ਦਵਾਈ ਦੇਣੀ ਪਤਾ ਨਹੀਂ ਕਿੱਥੇ ਗਿਆ ਚਲਾ। ਸੱਤਾ ਲਵਾਵੀ ਅਸੀਂ ਉਹਨੂੰ ਲੈ ਜਾਂ ਪਾਗਲ ਜੇ ਨੂੰ ਪਤਾ ਨਹੀਂ ਆ ਕੱਟੇ ਦੇ ਵਿੱਚ ਹੁਣ ਮੈਂ ਕਿੱਥੇ ਦਲੀਲ ਹੋਵਾਂਗਾ। ਸ਼ਾਮ ਹੋ ਗਈ ਉਸ ਤੋਂ ਇੰਨੀ ਆ ਵੇਖੋ ਸ਼ਾਮ ਹੋ ਚੱਲੀਏ ਕਮਲਾ ਲੱਭਦਾ ਹੀ ਨਹੀਂ ਪਿਆ। ਹਾਂ ਜੁੱਤੀ ਕਮਲੇ 'ਚ ਮੈਨੂੰ ਲੱਗਦੀ ਪਈ। ਕਿੰਨੇ ਨੰਬਰ ਹੈ? 8 ਨੰਬਰ। ਇਹ ਕਮਲੇ ਦਾ ਹੀ ਪੈਰ ਹੈ ਕਿਉਂਕਿ ਉਹ ਵੱਡੇ ਪੈਰ ਆ, ਖੋਤੇ ਪੈੜਾਂ ਵਾਲਾ ਅਤੇ ਉਹਦੇ ਹੀ ਪੈਰ ਹੁਣ ਚੱਲਦੇ ਹਾਂ। ਉਹ ਭਾਈਆ ਉਹ ਗੱਲ ਤਾਂ ਸੁਣ, ਕੀ ਹਾਲ ਹੀ? ਹਾਂ ਠੀਕ ਠਾਕ, ਤੂੰ ਸੁਣਾ? ਠੀਕ। ਉਹ ਇੱਥੇ ਇੱਕ ਮੁੰਡਾ ਨਹੀਂ ਵੇਖਿਆ ਕਮਲਾ ਜਿਹਾ, ਇਹਦੇ ਕੱਪੜੇ ਅੱਗੇ ਗੰਢ ਮਾਰੀ ਉਹਨੇ ਅਤੇ ਆ ਜੁੱਤੀ ਉਹਦੀ ਮੈਨੂੰ ਲੱਗਦੀ ਪਈ। ਵੇਖਿਆ ਉਹ ਉੱਥੇ ਉਹ ਤੁਹਾਡਾ ਬਾਲ ਹੈ? ਹਾਂ ਉਹ ਬਾਲ ਨਹੀਂ ਯਾਰ, ਉਹ ਮਤਲਬ ਕਿ ਮੇਰਾ ਭਰਾ ਹੀ ਹੈ ਅਤੇ ਉਹ ਕਮਲਾ ਹੈ ਅਤੇ ਇਸ ਟਾਈਮ ਉਹ ਇੱਥੇ ਬਾਹਰ ਨਿਕਲਿਆ। ਯਾਰ ਸ਼ਾਮ ਦਾ ਟਾਈਮ ਹੈ, ਤੁਸੀਂ ਉਹਨੂੰ ਘਰੋਂ ਬਾਹਰ ਕੱਢਿਆ? ਨਹੀਂ ਮੈਂ ਤਾਂ ਕਿਤੇ ਕੰਮ ਗਿਆ ਸੀ, ਉਹ ਪਿੱਛੋਂ ਆਪ ਹੀ ਬਾਹਰ ਆ ਗਿਆ। ਉਹ ਘਰ ਰੱਖਿਆ ਕਰੋ ਦਾ ਜ਼ਿਹਨ ਨਹੀਂ ਸਹੀ ਹੈਗਾ ਅਤੇ ਤੁਸੀਂ ਉਹਨੂੰ ਘਰੋਂ ਬਾਹਰ ਕੱਢ ਦਿੱਤਾ। ਚਲੋ ਹੁਣ ਦੱਸ ਕਿੱਥੇ ਜੇ ਵੇਖਿਆ ਜੀ ਇੱਥੇ? ਆਹੋ ਉੱਥੇ ਪਿੱਛੇ ਮੈਂ ਗਿਆ ਸਾ ਫੇਰਾ ਮਾਰਨ ਅਤੇ ਉੱਥੇ ਬਹਿ ਖੇਡਣ ਡਿਆ ਘੱਟੇ 'ਚ। ਚੱਲ ਯਾਰ ਆ ਮੈਨੂੰ ਫੜ ਲੈ ਨਹੀਂ ਚੰਗਾ ਬੰਦਾ ਤੂੰ ਯਾਰ, ਮੇਰੇ ਹੋਰ ਕੱਪੜੇ ਪਾੜੀ ਜਾਂਦਾ ਬੰਨਣਾ ਯਾਰ, ਇਹਨੂੰ ਘਰ ਫੁੱਟਪਾਥਾ ਪਿਆ ਹੁੰਦੇ ਕਮਲੇ ਦੇ, ਤੁਸੀਂ ਇਹਨੂੰ ਬਾਹਰ ਛੱਡਿਆ, ਕਿਸੇ ਦਾ ਸਿਰ ਲਏਗਾ ਮਾਰੇਗਾ ਕਿਸੇ ਨੂੰ। ਮੇਰਾ ਨਵਾਂ ਸੂਟ ਪਾੜ ਦਿੱਤਾ, ਥੋੜੀ ਕੀ ਕਰੀ ਜਾਂਦਾ ਤੂੰ? ਸਹੀ ਥੋੜੀ ਜੀ, ਬਸ ਕਰੋ ਮੇਰੇ ਪੈਸੇ ਦਿਓ ਇਹਨਾਂ ਦੇ ਕੱਪੜਿਆਂ ਦੇ, ਫਿਰ ਮੈਂ ਜਾਣ ਦੇਣਾ ਉਹਨੇ ਯਾਰ। ਵੇ ਤੇਰੇ ਸਾਹਮਣੇ ਹੀ ਹਾਲਾ, ਤੇ ਨਹੀਂ ਤੇ ਛੱਡ ਦੇ ਇਹਨੂੰ ਯਾਰ। ਨਹੀਂ ਮੇਰੇ ਭਾਈ ਨਵਾਂ ਕੱਪੜੇ ਮੈਂ ਅੱਜ ਸਵਾਗ ਪਿਆ ਆਇਆ ਫਿਰ ਉਹੀ ਗੱਲ ਕਰੀ ਜਾਂਦਾ ਯਾਰ। ਟਾਕੀ ਤੇ ਸੀਗੇ ਯਾਰ ਅਸੀਂ ਚੱਲੇ ਆ। ਮੈਂ ਕਿੱਧਰ ਚੱਲੇ ਜੇ? ਪੈਸੇ ਕਿੰਨੇ ਦੇਣੇ ਨੇ? ਇਧਰ ਆ ਕਮਲਿਆ। ਕਿੰਨੇ ਪੈਸੇ ਬਣੇ ਨੇ? 5000 ਦਾ ਸੂਟ ਹੈ ਮੇਰਾ, ਬਿਸਤੀ ਕਰਾਏ ਜਿੱਥੇ ਕਰਾਏ, ਦਵਾਈ ਲੈਣੀ ਸੀ ਤੇੜੀ ਹੋਣ। ਅਜੇ ਅੱਜ ਮੈਂ ਸੂਟ ਪਾ ਕੇ ਆਇਆ, ਤੁਸੀਂ ਫੜ ਕੇ ਸੂਟ ਡੰਡ ਲਾ ਦਿੱਤੀ। ਤੂੰ ਬਹਿ ਜਾਓ ਇੱਥੇ, ਮੈਨੂੰ ਪੈਸੇ ਦੇ ਕੇ ਜਾਓ, ਉਂਝ ਨਹੀਂ ਮੈਂ ਜਾਣ ਦੇਣਾ। ਤੈਨੂੰ ਕਰਾਨੇ ਆ 1, 2, 3, 4, 5 ਆ 3000 ਹੈ ਵੀ ਯਾਰ। ਨਹੀਂ ਯਾਰ ਮੇਰਾ 5000 ਸਵਾਈ, ਮੈਂ 1200 ਸਵਾਈ ਦਿੱਤੀ ਹੈ ਮੈਂ। ਉਹਨਾਂ ਦੀ ਦਵਾਈ ਲੈਣੀ ਸੀ ਯਾਰ। ਉਹਨੂੰ ਘਰ ਬੰਨ ਕੇ ਰੱਖੋ, ਉਹਨੂੰ ਤੁਹਾਨੂੰ ਨਹੀਂ ਪਤਾ ਉਹ ਕਮਲਾ ਤੇ, ਉਹਨੂੰ ਘਰ ਰੱਖੋ ਤੁਸੀਂ। ਨਹੀਂ ਨਹੀਂ ਫਲਾ ਪੂਰਾ 5 ਦੇ ਭਾਈ, ਨਹੀਂ ਲੈਣਾ ਉਹ ਫਲਾ ਜੇ ਵੀ ਆ। ਉਹ ਨਹੀਂ ਭਾਈ ਕੀ ਹੋ ਗਈ ਵੇ, ਨਵਾਂ ਸੂਟ ਹੈ ਜੇ ਮੈਂ ਅੱਜ ਪਾ ਕੇ। ਚਲੋ ਇਹਨੂੰ ਤਰੋ ਬੇੜਾ ਗਰਾ ਕਰ ਦਿੱਤਾ ਤੁਸੀਂ ਸੂਟ ਦਾ, ਦਰਦੀ ਕੋ। ਚਲੋ ਯਾਰ ਇੰਨੇ ਪੈਸੇ ਨੇ, ਬੜੀ ਮਿਹਰਬਾਨੀ। ਚਲ ਹੁਣ ਤੂੰ ਤਰਲੇ ਕਰਨਾ, ਚਲ ਠੀਕ ਹੈ ਮੈਂ ਜਾਣਾ ਵਾ ਹੁਣ। ਠੀਕ ਹੈ ਇਹਨੂੰ ਕਮਲੇ ਜੇ ਨੂੰ ਘਰ ਬੰਨ ਕੇ ਰੱਖੋ। ਆਇਆ ਚੱਲੀਏ ਆਇਆ, ਰਾਣਾ ਇਹਨੂੰ ਛੱਡਿਆ ਓਏ ਇਹ, ਨਾਲੇ ਪੈਸੇ ਲੈ ਗਿਆ ਨਾਲੇ ਕੱਪੜੇ। ਓਏ ਗੱਲ ਸੁਣ ਉੜਾ, ਗੱਲ ਸੁਣ ਯਾਰ ਉੜਾ। ਹਾਂ ਹੁਣ ਕੀ ਹੋਇਆ? ਆ ਕੱਪੜੇ ਤੇ ਦਿੱਤੀ ਆ ਪੈਸੇ ਲੈ, ਪੈਸੇ ਲੈ ਨੇ ਤੇ ਕੱਪੜੇ ਨਹੀਂ ਆ ਪਾੜੇ ਮੇਰੇ, ਸਲਵਾਰ ਆਖਰਾ ਦੇ ਆ ਦੇ, ਕਮੀਜ਼ ਦੇ ਦੇ ਸਾਨੂੰ। ਕਿਉਂ ਤੀਜਾ ਬੰਦਾ ਪਾਲਾ? ਪੈਸੇ ਲੈ ਨੇ, ਪੈਸੇ ਲੈ ਨੇ ਤੇ ਮੈਂ ਆਪਣੇ ਕੱਪੜੇ ਪਾਟਿਆਂ ਦੇ ਲੈ ਨੇ। ਪਾਟਿਆਂ ਦੇ ਕਾਦੇ? ਉਹ ਪਾਟੇ ਸਾਡੇ ਹੋ ਗਏ ਨੇ ਨਾ, ਹੁਣ ਪੈਸੇ ਨਹੀਂ ਦਿੱਤੇ ਅਸੀਂ। ਆ ਯਾਰ ਜਾਂ ਬੁਮਾਲ ਦੇ ਦੇ ਜਾਂ ਪੈ ਨਾਲ ਪੈਸੇ ਦੇ ਤੇ ਮੈਂ ਘਰ ਗੇ ਨਹੀਂ ਜਾਵਾਂਗਾ, ਮੈਂ ਕੱਪੜੇ ਨਹੀਂ ਪਾਣੇ। ਸਾਨੂੰ ਨਹੀਂ ਪਤਾ, ਸਾਨੂੰ ਦੇ ਕੁਛ ਨਾ ਕੁਛ ਨਹੀਂ ਦੇਣੇ। ਚਲੋ ਤੁਸੀਂ ਇੰਜ ਕਰੋ ਮੈਨੂੰ ਨਾ ਮੁੱਲ ਦੇ ਦਿਓ ਇਹ ਫੇਰ। ਨਹੀਂ ਅਸੀਂ ਨਹੀਂ ਮੁੱਲ ਦੇਣੇ ਯਾਰ, ਮੈਂ ਘਰ ਨਹੀਂ ਜਾਣਾ ਪਾ ਕੇ। ਹਾਂ ਦੇ ਯਾਰ
यार मेरे इंज नहीं जा सकता ते नहीं जा सकता कमलिया पे आया ये कमलिया चलो खलो 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 आया सही नहीं इन्हें पैसे नहीं नहीं कमलिया पे आया और की ला मेरे को ला दे हां ले ओ खलो खलो गाल सुनो और की ला माल दे माल नाल माल दो यार हुन देना ही पैना घर इंज जा भी नहीं सकदा ये तो मैंने उल्टा पै गए मोबाइल भी मोबाइल भी ले लिया की सौदा कराया अज वाह यार मैं तो लुटिया गया मेरे पैसे कपड़े भी पा दिए।